ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਇਨਸਾਨੀਅਤ ਮੁੜ ਹੋਈ ਸ਼ਰਮਸਾਰ ਨਵਜੰਮੇ ਬੱਚੇ ਨੂੰ ਗਟਰ ਚ ਸੁੱਟ ਕੇ ਦੋ ਮਹਿਲਾਵਾਂ ਸਮੇਤ ਵਿਅਕਤੀ ਹੋਇਆ ਫਰਾਰ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਗੱਟਰ ਦੇ ਵਿੱਚੋਂ ਨਵਜਮੇ ਬੱਚੇ ਦੀ ਲਾਸ਼ ਮਿਲੀ ਹੈ ਇਹ ਮਾਮਲਾ ਥਾਣਾ ਗੇਟ ਹੈ ਕੀਮਾ ਦੇ ਵਿੱਚ ਪੈਂਦਾ ਇਲਾਕਾ ਰੇਲਵੇ ਕਨੌਲੀ ਬੀ ਬਲਾਕ ਦਾ ਹੈ ਜਿੱਥੇ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਦੌਰਤ ਤਿਕ ਵਿਅਕਤੀ ਵੱਲੋਂ ਲਿਫਾਫੇ ਦੇ ਵਿੱਚ ਕੁਝ ਸਮਾਨ ਸੀ ਇੱਕ ਗਟਰ ਚ ਸੁੱਟਿਆ ਗਿਆ ਪੁਲਿਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲਿਫਾਫੇ ਦੇ ਵਿੱਚ ਇੱਕ ਨਵਜਮੇ ਬੱਚਾ ਜਿਹੜਾ ਕਿ ਇੱਕ ਲੜਕਾ ਸੀ ਉਸ ਦੀ ਲਾਸ਼ ਪਈ ਹੋਈ ਸੀ ਅਸੀਂ ਲਿਫਾਫੇ ਨੂੰ ਕਬਜ਼ੇ ਚ ਲੈ ਕੇ ਹਲੇ ਦੁਬਾਰੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਤਾਂ ਪਤਾ ਲੱਗ ਸਕੇ ਕਿ ਦੌਰਤ ਤੇ ਉਹ ਵਿਅਕਤੀ ਕੌਣ ਸੀ ਉਹਨਾਂ ਕਹੇ ਕਿ ਨਾਮ ਜਮੇ ਬੱਚੇ ਦੇ ਨਾਲ ਅਜਿਹਾ ਕਰਨ ਵਾਲਿਆਂ ਦਾ ਪਤਾ ਲੱਗਣ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।